ਬਈ ਗੋਪੀ ਚੰਦ ਹੋਇਆ ਪਿਆਰ ਨਾਨ ਨੈ ਇਹ ਚੌਕੀ ਤੁਰਤ ਵਿਛਾਈ ਅਰੇ ਘਟਾ ਬਾਦੜੀ ਨਾ ਅੰਬਰ ਮੈਂ ਬੂੰਦ ਕੜੇ ਤਿਆਈ ਬੂੰਦ ਕੜੇ ਤਿਆਈ ਹੋ ਗੋਪੀ ਤਨ ਹੋਇਆ ਤਾਨ ਚੌਕੀ ਤੇ ਵਿਛਾਈ ਘਟਾ ਬਾਦੜੀ ਨਾ ਅੰਬਰ ਮੈਂ ਬੂੰਦ ਕੜੇ ਤਿਆਈ ਹੈਲੋ ਹੈਲੋ ਬਰਸਾਤ ਕਰੇ ਤੂੰ ਹੇ ਈਸ਼ਵਰ ਤੇਰੀ ਮਾਇਆ ਹੇ ਈਸ਼ਵਰ ਤੇਰੀ ਮਾਇਆ ਉਹ ਇੱਕਦਮ ਕਿੱਥਾ ਅਚਾਂਬਾ ਹੋ ਗਿਆ ਕਾਪਣ ਲੱਗੀ ਕਾਇਆ ਬੰਦ ਕਰਿਆ ਅਸਨਾਨ ਉੱਠ ਕੇ ਫਿਰ ਚਾਰੋ ਤਰਫ ਲਖਾਇਆ ਚਾਰੋ ਤਰਫ ਲਖਾਇਆ ਅੰਬਰ ਮੈਂ ਬੂੰਦ ਕੜੇ ਤਿਆਈ ਬੂੰਦ ਕੜੇ ਤਿਆਈ ਛੱਜੇ ਉੱਪਰ ਮਾਤਾ ਜੀ ਖੜੀ ਹੈ ਆਖੋ ਸੇ ਆਸੂ ਬਹਿ ਰਹੇ ਹੈ ਅਸਨਾਨ ਬੰਦ ਕਰ ਦਿੱਤੇ ਹੈ ਰਾਜਾ ਗੋਪਚੰਦ ਆਪਣੀ ਮਾਂ ਕੇ ਪਾਸ ਪਹੁੰਚ ਗਏ ਆਸੂ ਪੂਛਦੇ ਹੋਏ ਕਹਿੰਦੇ ਕਿ ਮਾਂ ਮੈਂ ਤੇਰਾ ਬੇਟਾ ਹੂੰ ਸਵੈਮਿਸ ਨਗਰੀ ਕਾ ਰਾਜਾ ਹੂੰ ਆਖਿਰ ਕੌਣ ਸਾ ਦੁੱਖ ਦਰਦ ਤੁਹਾਡੇ ਦਿਲ ਕੇ ਅੰਦਰ ਹੈ ਹਮੇਂ ਬਤਾਈਏ ਸਜਣਾ ਦੂਸਰੀ ਬਾਤ ਕੇ ਮਾਧਿਅਮ ਸੇ ਉਹ ਗੋਪੀਚੰਦ ਆਪਣੀ ਮਾਂ ਸੇ ਕਿਆ ਪੁੱਛਦਾ ਕਿਆ ਰਜਾ ਕਿਆ ਬਤਾਇਆ ਤੇਰੇ ਮੂੰਹ ਤੇ ਬੋਲ ਨਿਕਲਤਾ ਕੋਨਾ ਕਿਸਨੇ ਬੋਲੀ ਮਾਰੀ ਕਿਸਨੇ ਬੋਲੀ ਮਾਰੀ ਇਹ ਕੌਣ ਸੀ ਰਾਣੀ ਲੜੀ ਤੇਰੇ ਤੇ ਸਾਥ ਬੱਤਾ ਮੈਂ ਤਾਰੀ ਇੱਕ ਮਿੰਟ ਕੀ ਦੇਰ ਕਰੂੰ ਮੈਂ ਧੜਤੇ ਗਰਦਨ ਨਿਆਰੀ ਧੜਤੇ ਗਰਦਨ ਨਿਆਰੀ ਸੁਣਾਈ ਘਟਾ ਬਾਦੜੀ ਨਾ ਅੰਬਰ ਮੈਂ ਬੂੰਦ ਕੜੇ ਤਿਆਈ ਬੂੰਦ ਕੜੇ ਤਿਆਈ
की माँ, जिस इंसान की माँ दुखी होती है उस इंसान का कोई जीवन नहीं होता, और फिर भी बेशरम परिस्थिति इंसान जीता है तो उसका कोई जीवन नहीं है। सजनों तीसरी बात के माध्यम से गोपचंद अपनी माँ से क्या कहने की, क्या बता दिया। भली बुरी करने आड़े का उस परमेश्वर के न्यास है, परमेश्वर के न्यास है भाई, उस मानस का आके जीना जिसकी दुखियारी मास है। जीवन ने ते जीवे जा पर जीवन का के रास है, जीवन का के रास है। अरे हुया हाल बेहाल तेरा माँ, हुया हाल बेहाल तेरा माँ, वो कितना आने सताई घटा बाजड़े नायंबर में बूंद गले से आई, बूंद गले से आई। कोई इब्त पड़ी से, जे कोई इब्त पड़ी से, मेरी कल पे बूंद पड़ी या के जड़े जड़नी मात खड़ी से, तेरे मुंह ते बोल निकलता को ना के कोई चीज हड़ी से, के कोई चीज हड़ी से। श्री जगन्नाथ के गोपी चंद ने, जगन्नाथ के गोपी चंद ने झुकाई घटा बादड़ी नायंबर में बूंद गले से आई।